ਬੂਹੇ ਅੱਗੇ ਬਾਈਕ ਖੜਾ ਕਰਦਾ ਸੀ ਮੁੰਡਾ ਤਾਂ ਜਦੋਂ ਬਜ਼ੁਰਗ ਨੇ ਉਸਨੂੰ ਮਨਾ ਕੀਤਾ ਤਾਂ ਮੁੰਡੇ ਨੇ ਬਜ਼ੁਰਗ ਔਰਤ ਦੇ ਹੀ ਮੂੰਹ 'ਤੇ ਥੱਪੜ ਮਾਰ ਦਿੱਤਾ ਅਤੇ ਬਚਾਅ ਕਰਨ ਆਏ ਆਪਣੀ ਮਾਂ ਦਾ ਮੁੰਡੇ ਦੇ ਵੀ ਕਿਰਚਾਂ ਮਾਰੀਆਂ ਗਈਆਂ ਨੇ। ਦੱਸ ਦਈਏ ਕਿ ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਖੇਡਿਆ ਗਿਆ ਜਿੱਥੇ ਕਿ ਇੱਕ ਵਿਅਕਤੀ ਨੂੰ ਕਿਰਚਾਂ ਮਾਰ ਮਾਰ ਕੇ ਜ਼ਖਮੀ ਕਰ ਦਿੱਤਾ। ਹਾਲਾਂਕਿ ਕਿਹਾ ਜਾ ਰਿਹਾ ਕਿ ਇੱਕ ਗੁਆਂਢੀ ਹੀ ਦੱਸਿਆ ਜਾ ਰਿਹਾ ਜੋ ਕਿ ਰੋਜ਼ ਇੱਕ ਘਰ ਦੇ ਅੱਗੇ ਆ ਕੇ ਆਪਣਾ ਬਾਈਕ ਖੜਾ ਕਰ ਦਿੰਦਾ ਸੀ ਅਤੇ ਉਸ ਘਰ ਦੀ ਜਦੋਂ ਬਜ਼ੁਰਗ ਔਰਤ ਨੇ ਉਸਨੂੰ ਮਨਾ ਕਰਿਆ ਕਿ ਆਪਣੇ ਬਾਈਕ ਨੂੰ ਥੋੜ੍ਹਾ ਅੱਗੇ ਕਰਕੇ ਖੜਾ ਕਰ ਦੇਵੇ ਤਾਂ ਉਸ ਤੋਂ ਬਾਅਦ ਉਹ ਨੌਜਵਾਨ ਗੁੱਸੇ ਦੇ ਵਿੱਚ ਆ ਗਿਆ। ਗੁੱਸੇ ਦੇ ਵਿੱਚ ਆ ਕੇ ਉਸਨੇ ਪਹਿਲਾਂ ਤਾਂ ਬਜ਼ੁਰਗ ਔਰਤ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਫਿਰ ਜਦੋਂ ਆਵਾਜ਼ ਸੁਣੀ ਤਾਂ ਬਜ਼ੁਰਗ ਔਰਤ ਦਾ ਬੇਟਾ ਬਾਹਰ ਨਿਕਲਿਆ ਤਾਂ ਉਸਨੇ ਉਸ ਮੁੰਡੇ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਹ ਨੌਜਵਾਨ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਅਤੇ ਉਸਨੇ ਮੁੰਡੇ ਦੇ ਉੱਤੇ ਹੀ ਬਜ਼ੁਰਗ ਦੇ ਹਮਲਾ ਕਰ ਦਿੱਤਾ। ਕਿਰਚਾਂ ਮਾਰੀਆਂ ਗਈਆਂ ਨੇ ਢਿੱਡ ਦੇ ਵਿੱਚ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਹੈ ਅਤੇ ਹੁਣ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਬਾਈਕ ਖੜਾ ਕਰਨ ਨੂੰ ਲੈ ਕੇ ਦੋ ਗੁਆਂਢੀ ਆਮੋ ਸਾਹਮਣੇ ਹੋਏ ਨੇ। ਦੱਸਿਆ ਜਾ ਰਿਹਾ ਕਿ ਇੱਕ ਗੁਆਂਢੀ ਨੇ ਦੂਸਰੇ ਦੇ ਉੱਤੇ ਕਿਰਚਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਬਜ਼ੁਰਗ ਮਾਤਾ ਨੇ ਰੋ ਰੋ ਕੇ ਆਪਣੀ ਸਾਰੀ ਗੱਲ ਦੱਸੀ ਹੈ ਕਿ ਆਖਰ ਕਿਉਂ ਉਹ ਨੌਜਵਾਨ ਗੁੱਸੇ ਦੇ ਵਿੱਚ ਆਇਆ ਤੇ ਉਸਨੇ ਉਸਦੇ ਵੀ ਥੱਪੜ ਮਾਰਿਆ। ਉਹੀ ਰਵਾਂਡਾ ਲਾਣ ਰਿਹਾ ਸੀ ਬੂਹੇ 'ਚ ਤੇ ਮੈਂ ਕਿਹਾ ਵੀ ਇਹੀ ਰਵਾਂਡਾ ਥੋੜਾ ਅੱਗੇ ਗੱਲ ਆ, ਉਹਨੇ ਮੈਨੂੰ ਥੜੀ ਖਿੱਚ ਕੇ ਨਾ ਤਾਂ ਥੜੀ ਤੋਂ ਥੱਲੇ ਲਿਆਂਦਾ, ਥੱਪੜ ਮਾਰ ਦਿੱਤਾ ਮੇਰੇ ਨਾਲੇ ਪੁੱਤ ਮੈਨੂੰ ਬੜਾ ਕੁਛ ਬੋਲਿਆ ਗਾਂਦੇ ਨੇ। ਮੈਂ ਉਤਰਾਂ ਮੇਰੀ ਅਛਾਲੀ ਆਣ ਡਿਆ ਸੀ, ਕਹਿੰਦਾ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਸ ਤਰ੍ਹਾਂ ਕਹਿੰਦਾ ਹੈ ਉਹਦੀ, ਇਹਦੇ ਨਾਲ ਉਹਨੇ ਕਿਰਚਾਂ ਮਾਰ ਦਿੱਤੀਆਂ। ਮੈਂ ਤਾਂ ਉੱਥੇ ਹੀ ਟਿਕ ਗਈ, ਮੇਰਾ ਪੁੱਤ ਮਾਰ ਕੇ ਸੁੱਟ ਗਿਆ। ਤੁਸੀਂ ਮੇਰੀ ਗੱਲ ਸੁਣੋ, ਮੇਰਾ ਪੁੱਤਰਾ ਵਰਗਾ ਟੁੱਕ ਕੇ ਮੇਰੇ ਸਾਹਮਣੇ ਮਰੂਲ ਸੀ ਨਾ ਕਰਾ, ਕਿਉਂ ਗਰੀਬ ਬੰਦਾ ਮਾਰਿਆ, ਕਿਉਂ ਸਿਰ ਤੇ ਹੈ ਨੀ ਸਾਮਾ ਮਾਰ ਉਹਦਾ, ਇਹ ਬਹੁਤ ਮੇਰੇ ਸਾਹਮਣੇ ਮਾਰਨਾ ਨੂੰ ਮੈਂ ਮਰ ਜਾਵਾਂ ਪਿਓ ਤੋਂ ਮੇਰੇ ਗੁੰਡਾ ਕੁਛ ਬਗਾਨੇ ਨੀ ਹੋਏ, ਉਹਦਾ ਪਿਓ ਸਿਰ ਤੇ ਨੀ ਮਾਰ ਕੁਛ। ਕੀ ਚਾਹੁੰਦੇ ਕਿ ਉਹ ਕਾਰਵਾਈ ਕੀ ਹੋਣੀ ਚਾਹੀਦੀ ਹੈ ਵੀ ਜਿੱਦਾਂ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ? ਮੈਂ ਮੈਡੀਕਲ ਅਫਸਰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਬੋਲ ਰਿਹਾ। ਸਾਡੇ ਕੋਲ ਸ਼ਾਮੀ 6:30 ਮਰੀਜ਼ ਅਰੁਣ ਕੁਮਾਰ ਸਨ ਆਫ ਰਕੇਸ਼ ਕੁਮਾਰ ਇਸਲਾਮਾਬਾਦ ਮਹੱਲੇ ਤੋਂ ਆਇਆ ਸੀਗਾ। ਇਹਦੇ ਪੇਟ 'ਤੇ ਕੁਛ ਕੱਟ ਲੱਗੇ ਹੋਏ ਹਨ ਜਿਹਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ, ਬਾਕੀ ਪੇਸ਼ੈਂਟ ਸਟੇਬਲ ਹੈਗਾ। ਇਸ ਵੇਲੇ ਕੱਟ 5 ਕੱਟ ਲੱਗੇ ਨੇ, ਕੱਟ ਮੋਸਟਲੀ ਸੁਪਰਫੀਸ਼ੀਅਲ ਨੇ, ਕੋਈ ਡੀਪ ਕੱਟ ਨਹੀਂ ਹੈਗਾ। ਪੇਸ਼ੈਂਟ ਸਟੇਬਲ ਹੈ ਜੀ। ਹਾਂ, ਟ੍ਰੀਟਮੈਂਟ ਚੱਲ ਰਿਹਾ। ਪੇਸ਼ੈਂਟ ਪੂਰਾ ਓਰੀਐਂਟਿਡ ਨਹੀਂ ਹੈਗਾ, ਸ਼ਾਇਦ ਉਹਨੇ ਕੁਛ ਖਾਧਾ ਪੀਤਾ।